जमीन के डाका मारिया जा रहा, तुहाडे घरां ते डाका मारिया जा रहा, हजे भी घरां च सुते पए हो। बहुते कहंदे ने यार उत्थे धरना है, लखा सिधां आया, दीप सिद्धू आया, चल फोटो करावांगे। साडी नौजवान ते जे साडी उम्र दे नौजवान ने उहनां दे दिलां च आ गल होंदी है यार एक फोटो पिछे ना आया करो भाई, धरनिया ते आके बैठो, क्योंकि तुहाडी होम दा मसला है। ਇਹ ਸਰਕਾਰਾਂ ਤੁਹਾਡੇ ਘਰ ਤੁਹਾਡੀਆਂ ਜ਼ਮੀਨ ਜਾਇਦਾਦਾਂ ਹੁਣ ਥੋਂ ਤੇ ਆ ਗਈ ਹੈ। ਅਸੀਂ ਕਿੰਨਾ ਟਾਈਮ ਚੁੱਪ ਰਹੇ, ਕਦੋਂ ਦੇ ਅਸੀਂ ਦੇਸ਼ ਆਜ਼ਾਦ ਹੋਇਆ 1947 ਦਾ, ਪਰ ਅਸੀਂ ਮਜ਼ਾਕ ਦਾ ਪਾਤਰ ਮੰਨ ਰਹੇ। ਕਿਉਂ? ਕਿਉਂਕਿ ਸਾਨੂੰ ਆਦਤ ਹੈ ਇੱਕ ਦੂਜੇ ਦੀ ਗੱਲ ਚੱਕਣ ਦੀ, ਦੂਜੇ ਦੀਆਂ ਗੱਲਾਂ ਕਰਨੀਆਂ ਸੀ। ਅਸੀਂ ਦੇਖਣਾ ਪਿੰਡ 'ਚ ਕਿਹੜਾ ਬੰਦਾ ਫੋਰਚੂਨ ਲਿਆ ਹੈ। ਅਸੀਂ ਹੋਰ ਜ਼ਮੀਨ ਕਹਿੰਦੇ ਘਰ ਦੇਣੀ ਆ, ਭਾਈ ਫੋਰਚੂਨ ਲਿਆਉਣੀ ਆ, ਉਹ ਪੰਜਾਬੀ ਅਸੀਂ ਮਾਫ ਕਰਿਓ। ਫਲਾਨਾ ਬਾਹਰ ਗਿਆ ਕੈਨੇਡਾ, ਉਹਨਾਂ ਦਾ ਵੱਡਾ ਮੁੰਡਾ ਆਇਆ, ਕੋਠੀ ਪਾਈ 3 ਮੰਜ਼ਲੀ, ਸਾਨੂੰ ਚਾਹੇ 4 ਕਿੱਲੇ ਵਿਚਲੇ ਪੈ ਜਾਣ ਪਰ ਅਸੀਂ ਬਰਾਬਰ ਦੀ ਪਾਉਣੀ ਆ, ਉਹ ਪੰਜਾਬੀ ਆ ਅਸੀਂ। ਯਾਰ ਦੁੱਖ ਲੱਗਦਾ ਹੈ ਜਦੋਂ ਹਜੇ ਵੀ ਦੇਖਦੇ ਹਾਂ ਕਿ ਸਾਡੇ ਭਰਾ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਇਸ ਧਰਨੇ ਕਿਸਾਨੀ ਮਸਲੇ ਆ ਕੋਈ ਮਤਲਬ। ਅੱਗੋਂ ਜਿਹੜੇ ਜਾਣਦੇ ਨੇ ਉਹਨਾਂ ਨੂੰ ਕਹਿੰਦੇ ਨੇ ਉਹ ਯਾਰ ਕੁਛ ਨੀ ਹੋਣਾ, ਬਹਿ ਜਾਓ ਘਰੇ ਆਰਾਮ ਨਾਲ। ਉਦੋਂ ਦੁੱਖ ਲੱਗਦਾ ਪੰਜਾਬੀਓ। ਸੋ ਇਸ ਲਈ ਤੁਹਾਨੂੰ ਕਹਿਣਾ ਕਿ ਹਮ ਹਮਾ ਕੇ ਧਰਨਿਆਂ ਤੇ ਆਓ, ਤਾਂ ਜੋ 26-27 ਤਰੀਕ ਨੂੰ ਅਸੀਂ ਦਿੱਲੀ ਜਾ ਸਕੀਏ, ਉਸ ਮੋਦੀ ਨੂੰ ਦੱਸ ਸਕੀਏ ਜਿਹਨੇ ਇਹ ਕਾਲੇ ਕਾਨੂੰਨ ਲਿਆਂਦੇ ਨੇ ਵੀ ਅਸੀਂ ਪੰਜਾਬੀ ਅਸੀਂ ਵੀ ਹੈਗੇ। ਅਸੀਂ ਪੰਜਾਬੀਆਂ ਨੇ ਪੂਰੀ ਦੁਨੀਆਂ ਤੇ ਆਪਦਾ ਨਾਂ ਕਮਾਇਆ। ਕਿਉਂ? ਕਿਉਂਕਿ ਸਾਡੇ ਅੰਦਰ ਜਜ਼ਬਾ ਹੈ। ਪਰ ਆਪਦੀ ਵਾਰੀ ਜਦੋਂ ਗੱਲ ਸਾਡੇ ਤੇ ਆਈ ਹੈ ਤਾਂ ਹੁਣ ਤੁਸੀਂ ਚੁੱਪ ਬੈਠੇ ਹੋ, ਘਰਾਂ ਚ ਬੈਠੇ ਹੋ। ਜਿੰਨੇ ਮਜ਼ਦੂਰ ਵੀਰ ਹੈ, ਇਹ ਮਸਲਾ ਇਕੱਲਾ ਕਿਸਾਨਾਂ ਦਾ ਨਹੀਂ ਹੈ ਜਾਂ ਜ਼ਮੀਨਦਾਰ ਤਬਕੇ ਦਾ ਨਹੀਂ ਹੈ, ਇਹ ਮਸਲਾ ਹਰ ਇੱਕ ਉਸ ਪੰਜਾਬੀ ਦਾ ਹੈ ਜਿਹੜਾ ਪੰਜਾਬ ਦਾ ਅੰਨ ਖਾਂਦਾ ਹੈ, ਜਿਹੜਾ ਪੰਜਾਬ ਦੀ ਹਵਾ ਦੇ ਵਿੱਚ ਸਾਹ ਲੈਂਦਾ। ਕਿਉਂਕਿ ਸਾਡੀ ਸੰਗੀ ਤੇ ਇਹਨਾਂ ਨੇ ਬੂਠੇ ਧਰਤੇ ਹਨ, ਉਹਨੂੰ ਨੱਪੀ ਜਾਂਦੇ ਨੇ ਉਹਨਾਂ ਟਾਈਮ ਨੱਪਣਾ ਜਿੰਨਾ ਟਾਈਮ ਅਸੀਂ ਮਰਦੇ। ਬਾਬਾ ਨਜ਼ਮੀ ਉਦੋਂ ਲੈ ਗਿਆ ਸੀ, ਕਹਿੰਦਾ ਜਿਸ ਧਰਤੀ ਤੇ ਰਜਮਾ ਟੁੱਕਰ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ। ਸੋ ਅਸੀਂ ਹਜੇ ਵੀ ਨਹੀਂ ਸਮਝੇ, ਹਜੇ ਵੀ ਪਾਰਟੀ ਵਾਲੀਆਂ। ਹਾਂਜੀ, ਪਹਿਲਾਂ 2 ਸੀ ਧੜੇ, ਹੁਣ ਪਿੰਡਾਂ 'ਚ 3-3 ਧੜੇ ਬਣ ਗਏ। ਇੱਕ ਨਵੀਂ ਪਾਰਟੀ ਆਈ ਸੀ 17 ਖਾਂ ਨੂੰ ਪਤਾ, ਪਰ ਪੰਜਾਬੀ ਉਹ ਕਿਸੇ ਨੇ ਤੁਹਾਡਾ ਭਲਾ ਨਹੀਂ ਕਰਨਾ, ਭਲਾ ਕਰਨਗੇ ਤੁਹਾਡੇ ਆਪ ਦੇ ਲੋਕ। ਕਿਸੇ ਨੂੰ ਬੁਖਾਰ ਵੀ ਹੋ ਜਾਂਦਾ ਨਾ, ਕਿਸੇ ਦੀ ਕੋਈ ਸੱਟ ਲੱਗਦੀ ਹੈ ਤਾਂ ਉਹਨੂੰ ਸਾਂਭਦਾ ਪਾਉਣਾ ਘਰ ਦੇ ਮੰਜੇ ਤੇ ਪੈ ਆਉਂਦੇ ਆ, ਜਾਂ ਮਾਂ ਰੋਟੀ ਗੱਡੀ ਹੈ, ਬਾਪ ਪੁੱਛਦਾ ਭੈਣ ਭਾਈ, ਕਿਉਂਕਿ ਸਾਡੇ ਆਪ ਦੇ ਨੇ। ਇਸ ਲਈ ਪੰਜਾਬੀ ਉਹ ਸਾਨੂੰ ਆਪਣੇ ਆਪ ਮੂਹਰੇ ਲੈ ਕੇ ਆਉਣਾ ਪੈਣਾ। ਯਾਰ ਕੀ ਸਾਡੇ ਕੋਲ ਹੈ ਤਾਂ ਕੋਈ ਯੋਗ ਆਗੂ ਨਹੀਂ ਹੈ, ਕਿਹੜੀ ਗੱਲ ਘਾਟ ਆ। ਇਸ ਲਈ ਤੁਹਾਨੂੰ ਬੇਨਤੀ ਕਰਦਾ ਕਿ ਆਪਦਾ ਅੰਦਰ ਸੁਧਾਰੋ। ਜਿਹਦੇ ਅਸੀਂ ਆਪਦਾ ਆਪ ਸੁਧਾਰ ਲਿਆ ਨਾ, ਅਸੀਂ ਪੰਜਾਬ ਸੁਧਾਰ ਲਾਂਗੇ। ਅਸੀਂ ਇੱਥੇ ਬਹਿ ਜਾਂਦੇ ਹਾਂ ਸੱਖਾਂ ਦੀ ਗੱਲਾਂ ਕਰਨ, ਯਾਰ ਪੰਜਾਬ ਦਾ ਕੁਛ ਨਹੀਂ ਬਣਦਾ, ਐਤਕੀ ਟਰੰਪ ਹਾਰ ਗਿਆ, ਗੱਲਾਂ ਅਸੀਂ ਏਡੀਆਂ ਏਡੀਆਂ ਕਰਨੀਆਂ, ਪਰ ਸਾਡੇ ਆਪਦੇ ਅੰਦਰ ਚੋਰ ਹੈ, ਮਾਫ਼ ਕਰਿਓ, ਸਾਡੇ ਦਿਲਾਂ 'ਚ ਚੋਰ ਹੈ। ਕੀ ਜਿੰਨੇ ਬੈਠੇ ਹੋ ਕਦੀ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ, ਯਾਰ ਮੈਂ ਆਪਦਾ ਆਪ ਸੁਧਾਰਨਾ, ਯਾਰ ਮੈਂ ਕਿਸੇ ਦੀ ਜੁਗਲੀ ਨਹੀਂ ਕਰਨੀ, ਮੈਂ ਹੱਕ ਸੱਚ ਦੇ ਰਾਹ ਤੇ ਚੱਲਣਾ, ਕੀ ਸੋਚਿਆ ਕਰ। ਅਸੀਂ ਉਹ ਪੰਜਾਬੀ ਹੋ ਗਏ ਜਿਹੜੇ ਵੱਟਾਂ ਦੇ ਦਰਖਤ ਵੀ ਬਚਾ ਦਿੰਦੇ ਹਾਂ, ਮਾਫ਼ ਕਰੋ ਮੈਨੂੰ ਇਹ ਗੱਲ ਕਹਿਣੀ ਪੈ ਰਹੀ। ਇਸ ਲਈ ਆਪਦੇ ਅੰਦਰ ਝਾਤੀ ਮਾਰੋ ਵੀ ਅਸੀਂ ਕੀ ਬਦਲਾਅ ਕਰਨਾ। ਆਹ ਨੌਜਵਾਨ ਖੜੇ ਨੇ, ਜਿੰਨੇ ਵੀ ਉੱਥੇ ਵੀ ਖੜੇ ਨੇ, ਇੱਥੇ ਵੀ ਇਹ ਸ਼ਾਮ ਵੀ ਖੜੇ ਨੇ, ਇਹ ਬਾਈਆਂ ਨੂੰ ਸਵਾਲ ਹੈ, ਬਾਈ ਜੀ ਇਹਨਾਂ ਕੋਈ ਪੁੱਛ ਲੈਣਾ ਕੀ ਕਰਦਾ, ਬਾਈ IELTS ਕਰਦਾ, ਕੀ ਕਰਨਾ, ਬਸ IELTS ਦਾ ਪੇਪਰ ਦੇਣਾ, ਫਿਰ ਕੀ ਕਰਨਾ, ਬਸ IELTS ਪਾਸ ਕਰਨੀ ਹੈ। ਸਾਡਾ ਏਮ ਸਿਰਫ IELTS ਰਹਿ ਗਿਆ। ਪੰਜਾਬੀਓ, ਹਰ ਸਾਲ 1.25 ਲੱਖ ਬੱਚਾ ਪੰਜਾਬ ਦਾ ਹਿਜਰਤ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਿਹਾ। ਕਿਹੜਾ 1.25 ਲੱਖ ਬੱਚਾ? ਜਿਹੜਾ ਕਿ ਸ਼ਾਰਪ ਮਾਈਂਡਡ ਹੈ, ਬਹੁਤ ਤੇਜ਼ ਦਿਮਾਗ ਦਾ, ਕਿਉਂਕਿ 6 ਜਾਂ 7 ਬੈਂਡ ਉਹੀ ਲੈਂਦਾ ਜਿਹੜਾ ਹੁਸ਼ਿਆਰ ਹੈ, ਮੰਨਦੇ ਹੋ ਗੱਲ? ਫਿਰ ਜੇ ਅਸੀਂ 6, 7, 8 ਬੈਂਡ ਲੈ ਕੇ ਕੈਨੇਡਾ ਅਮਰੀਕਾ ਜਾ ਸਕਦੇ ਹਾਂ, ਤਾਂ ਅਸੀਂ ਇੱਥੇ PCS IPS IAS ਵਰਗੇ ਇਮਤਿਹਾਨ ਕਿਉਂ ਨਹੀਂ ਦੇ ਸਕਦੇ? ਸੋ ਤੁਹਾਨੂੰ ਬੇਨਤੀ ਹੈ, ਬਾਹਰ ਜਾਣਾ ਨਾ ਜਾਣਾ ਤੁਹਾਡਾ ਪਰਸਨਲ ਫੈਸਲਾ ਹੈ, ਤੁਸੀਂ ਸਾਰੇ ਮਾਪੇ ਬੈਠੇ ਹੋ, ਤੁਹਾਡੇ ਬੱਚੇ ਨੇ। ਜੇ ਐਂ ਸਾਰਾ ਪੰਜਾਬ ਜਹਾਜ਼ੇ ਚੜ੍ਹਦਾ ਰਿਹਾ
ਤਾਂ ਫਿਰ ਪੰਜਾਬ ਬਿਹਾਰੀਆਂ ਨੇ ਸਾਂਭਣਾ। ਇਹ ਗੱਲਾਂ ਤਾਂ ਅਸੀਂ ਸੱਥਾਂ ਦੇ ਬਹਿ ਕੇ ਕਰਦੇ ਹਾਂ, ਬਸ ਭਈਆਂ ਨੇ ਆ ਜਾਣਾ ਸਾਡੇ ਤੇ ਰਾਜ ਦਾ। ਉਹ ਕਰਾ ਕੌਣ ਰਹੇ ਤੁਸੀਂ ਆਪ? ਕੋਈ ਬਾਹਰੋਂ ਤਾਂ ਨੀ ਆ ਕੇ ਤੁਹਾਨੂੰ ਕਹਿੰਦਾ? ਉਹਨਾਂ ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ ਵਰਗੇ ਫਾਹੇ ਲੱਗੇ, ਅੱਜ ਅਸੀਂ ਉਹਨਾਂ ਦੇ ਦੇਸ਼ ਹੀ ਜਾਣਾ। ਕਿਉਂ? ਕਿਉਂਕਿ ਸਾਡੀਆਂ ਸਮੇਂ ਦੀਆਂ ਸਰਕਾਰਾਂ ਸਹੀ ਨੇ, ਸਾਡੇ ਕੋਲ ਰੁਜ਼ਗਾਰ ਹੀ ਹੈ, ਖਾਣ ਨੂੰ ਆਨੀ ਹੈ, ਅਸੀਂ ਗਾਂਹ ਦੀ ਜਨਰੇਸ਼ਨ ਨੂੰ ਕੀ ਦੇਣਾ ਉਹ ਵੀ ਨਹੀਂ ਪਤਾ। ਹੁਣ ਤਾਂ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਗਏ। ਸੋ ਇਸ ਲਈ ਤੁਹਾਨੂੰ ਇੱਕ ਬੇਨਤੀ ਮੈਂ ਜ਼ਰੂਰ ਕਰਦਾ ਕਿ ਆਪਦੇ ਬੱਚਿਆਂ ਨੂੰ PCS ਵਰਗੇ ਟੈਸਟ ਕਰਾਓ। ਦੇਖੋ ਜੇ ਉਹ ਪੜ੍ਹ ਜਾਣ, ਜਿਹੜੇ 8-7 ਬੈਂਡ ਲੈ ਸਕਦੇ ਆ ਨਾ, ਉਹ PCS ਵੀ ਕਲੀਅਰ ਕਰ ਸਕਦੇ ਆ, ਉਹ ਕਰਨਗੇ। ਤੁਹਾਡੇ ਬੱਚੇ SDM ਲੱਗਣਗੇ, DSP SSP ਲੱਗਣਗੇ, ਤਾਂ ਸਾਨੂੰ ਸੌਖ ਹੋ ਜੂਗੀ ਥੋੜ੍ਹੀ ਜਿਹੀ। ਕਿਤੇ ਚੈੱਕ ਕਰੋ ਵੀ ਕਿੰਨੇ ਜ਼ਿਲ੍ਹਿਆਂ ਦੇ SSP ਜਿਹੜੇ ਪੰਜਾਬ ਤੋਂ ਬਾਹਰਲੇ ਨੇ, ਮੇਰੀ ਗੱਲ ਸਮਝ ਆ ਜੂਗੀ। ਸਾਰੇ ਮੋਬਾਈਲ ਯੂਜ਼ ਕਰਦੇ ਹੋ, ਗੂਗਲ ਕਰਦੇ ਹੋ, ਚੈੱਕ ਕਰ ਲਿਓ। ਕਿਉਂਕਿ ਸਾਡੇ ਕੋਲੇ ਉਹ ਜਿਹੜਾ ਸ਼ਾਰਪ ਮਾਈਂਡਰ ਸੀ ਉਹ ਤਾਂ ਅਸੀਂ ਵਿਦੇਸ਼ਾਂ ਨੂੰ ਭੇਜਤਾ। ਗੱਲ ਕਰਦੇ ਹਾਂ ਅਸੀਂ UP ਬਿਹਾਰ ਦੀ, ਹੈਨਾ, ਉੱਥੇ MSP ਹੈ ਨੀ, ਆਉਂਦੇ ਨੇ ਨਾ ਜਿਹੜੇ ਭਈਏ, ਆਪਣਾ ਉਹਨੂੰ ਪੁੱਛ ਲਓ ਵੀ ਕੀ ਰੇਟ ਆ ਭਾਈ ਕਣਕ ਝੋਨੇ ਦਾ। ਉਹੀ ਹਾਲ ਤੁਹਾਡਾ ਹੋਣਾ ਤੇ ਤੁਹਾਡੇ ਤੋਂ, ਕਿਉਂਕਿ ਅਣਖੀ ਪੰਜਾਬੀ ਹੋ, ਤੁਹਾਡੇ ਤੋਂ ਰੋਟੀ ਵਾਲਾ ਡੱਬਾ ਲੈ ਕੇ ਨਾ, ਮੈਂ ਰੋਟੀ ਵਾਲਾ ਡੱਬਾ ਫੜ ਕੇ ਕਿਸੇ ਦੀ ਫੈਕਟਰੀ ਦੇ ਵਿੱਚ ਜਾਇਆ ਨਹੀਂ ਜਾਣਾ। ਲਾਲਮ ਬੱਜੂ, ਹਾਂ ਵੀ 12 ਵਜੇ ਰੋਟੀ ਖਾ, ਰਿਮੋਟ ਨੂੰ 12:30 ਹੋ ਗਏ, ਚਾਹ ਪੀ, 1 ਵਜੇ ਹੋ ਗਈ ਛੁੱਟੀ ਖਤਮ, ਚੱਲ ਕੰਮ ਤੇ। ਉਹ ਕੰਮ ਤੁਹਾਡੇ ਤੋਂ ਹੋਣੇ ਨਹੀਂ, ਫਿਰ ਭੁੱਖੇ ਮਰੋਗੇ। ਇਹ ਗੱਲ ਅੱਜ ਇੱਥੇ ਇਹ ਕੰਨੋਂ ਸੁਣ ਕੇ ਆ ਕੰਨੋਂ ਕੱਢ ਦੇਣੀਆਂ, ਉਹਦਾ ਕੋਈ ਫਾਇਦਾ ਨਹੀਂ। ਅਸੀਂ ਚੱਲ ਕੇ ਸਾਰੇ ਪੰਜਾਬ ਚ ਜਾਂਦੇ ਹਾਂ, ਉਹਦਾ ਇਹ ਮਤਲਬ ਨਹੀਂ ਵੀ ਤੁਸੀਂ ਇੱਕ ਗੱਲ ਇੱਕ ਕੰਨੋਂ ਸੁਣੋ ਦੂਜੇ ਕੰਨੋਂ ਕੱਢ ਦੋ। ਸੋ ਆਪਦਾ ਇਤਿਹਾਸ ਪੜ੍ਹੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚੇ ਹੋ ਤੁਸੀਂ, ਬਾਬਾ ਦੀਪ ਸਿੰਘ ਨੇ ਤੁਹਾਨੂੰ ਗੁਰਤੀ ਦਿੱਤੀ ਆ ਪੰਜਾਬੀਓ, ਹਰੀ ਸਿੰਘ ਨਲੂ ਵਰਗੇ ਜਰਨੈਲ ਹੋਏ ਨੇ ਸਾਡੇ, ਤੇ ਅਸੀਂ ਪੰਜਾਬ ਨੂੰ ਗਰਕ ਦਾ ਦੇ ਘਰਾਂ ਚ ਬਹਿ ਕੇ ਦੇਖ ਰਹੇ ਹਾਂ ਯਾਰ। ਯਾਰ ਇਹ ਗੱਲ ਮੈਨੂੰ ਬੜੀ ਚੌਂਦੀ ਹੈ, ਸ਼ਰਮ ਵੀ ਆਉਂਦੀ ਹੈ ਜਦੋਂ ਆਹ ਗੱਲ ਮੂਹਰੇ ਆਉਂਦੀ ਹੈ ਵੀ ਅਸੀਂ ਇਸ ਕੰਮ ਚ ਲੱਗੇ ਹੋਏ। ਅਗਲੀ ਗੱਲ, ਸਾਡੇ ਜਿਹੜੇ ਸ਼ਹੀਦ ਨੇ, ਜਿਹੜੇ ਸਰਤਾਜ ਨੇ, ਉਹਨਾਂ ਨੂੰ ਕਿਵੇਂ ਜੀਰੋ ਕੀਤਾ ਜਾ ਰਿਹਾ? ਅੱਗੇ ਮੈਨੂੰ ਯਾਦ ਹੈ 5ਵੀਂ ਜਾਂ 6ਵੀਂ ਕਲਾਸ ਚ ਕਰਤਾਰ ਸਿੰਘ ਸਰਾਭੇ ਦਾ ਲੇਖ ਹੁੰਦਾ ਸੀ, ਹੈਨਾ, ਭਗਤ ਸਿੰਘ ਹੋਣਾ ਦੇ ਲੇਖ ਹੁੰਦੇ ਸੀ। ਹੁਣ ਕਿਹੜੇ ਬੱਚੇ ਨੂੰ ਪੜ੍ਹਾਇਆ ਜਾਂਦਾ, ਕਿਹੜੀ ਕਿਤਾਬ ਚ ਹੈ? ਸਾਰਾ ਕੁਛ ਖਤਮ ਕਰਤਾ, ਅਸੀਂ ਬੋਲੇ ਹੀ ਨਹੀਂ, ਅਸੀਂ ਚੌਪੀ ਕੀਤੇ ਬੈਠੇ ਹਾਂ। ਕਿਸੇ ਮਾਂ ਨੇ, ਕਿਸੇ ਪਿਓ ਨੇ ਜਾ ਕੇ ਉੱਥੇ ਪੁੱਛਿਆ ਵੀ ਸਾਡੇ ਬੱਚੇ ਨੂੰ ਆ ਭਾਈ ਇਤਿਹਾਸ ਕਿਉਂ ਖਤਮ ਕੀਤਾ? ਹੌਲੀ ਹੌਲੀ ਬਣਦੇ ਨੇ ਤੁਹਾਡੇ ਵਿੱਚੋਂ ਵਰਗੇ, ਤੁਹਾਨੂੰ ਅੰਦਰੋਂ ਖਤਮ ਕਰਨਾ। ਇਹ ਸਰਕਾਰ ਦੀਆਂ ਝਾਲਾਂ ਹੁੰਦੀਆਂ ਨੇ, ਸਮਝਿਆ ਕਰੋ। ਝੱਡੇ ਲਾ ਕੇ ਚਲੋ ਜੀ ਮੈਂ ਫਲਾਨੀ ਪਾਰਟੀ ਨਾਲ, ਮੈਂ ਫਲਾਨੀ ਪਾਰਟੀ ਨਾਲ, 50 ਮੁੰਡੇ ਲੈ ਗਿਆ, 20 ਲੈ ਗਿਆ, ਕਿੰਨਾ ਚਿਰ ਕਰ ਲਓਗੇ? ਫਿਰ ਜਦੋਂ ਖੁਦਾ ਨਾ ਖਾਸਤਾ ਕੋਈ ਰਾਜ ਐਕਸੀਡੈਂਟ ਹੋ ਜਾਂਦਾ, ਪੁਲਿਸ ਕਾਰਵਾਈ ਹੋ ਜਾਂਦੀ ਹੈ, ਜਾਂ ਮੁੰਡੇ ਕਿਸੇ ਨਾਲ ਲੜ ਪੈਂਦੇ ਨੇ, ਇੱਕ ਛੋਟਾ ਜਿਹਾ 7-52 ਦਾ ਵੀ ਪਰਚਾ ਹੋ ਜਾਂਦਾ ਨਾ, ਤਾਂ ਜਾ ਕੇ ਦੇਖਿਓ ਥਾਣਿਆਂ ਚ, ਕਚਹਿਰੀਆਂ ਚ ਕਿਵੇਂ ਖੱਜਲ ਕੀਤਾ ਜਾਂਦਾ ਤੁਹਾਨੂੰ। ਕਿਉਂ? ਕਿਉਂਕਿ ਅਸੀਂ ਬੋਲਦੇ ਨੀ, ਸਾਨੂੰ ਜਾਗ ਆਉਂਦੀ ਨੀ, ਅਸੀਂ ਸੁੱਤੇ ਪਏ ਹਾਂ। ਇੱਕ ਛੋਟੇ ਜਿਹੇ ਪਰਚੇ ਪਿੱਛੇ ਇੰਨੇ ਗੇੜੇ ਮਰਵਾਏ ਜਾਂਦੇ ਨੇ, ਇੰਨੇ ਧੱਕੇ ਖਵਾਏ ਜਾਂਦੇ ਨੇ ਕਿ ਹਾਰ ਕੇ ਬੰਦਾ ਕਹਿੰਦਾ ਪਤਾ ਯਾਰ ਤੈਨੂੰ ਇੱਥੇ ਨਹੀਂ ਰੱਖਣਾ, ਤੈਨੂੰ ਕੈਨੇਡਾ ਅਮਰੀਕਾ ਭੇਜ ਦੇਣਾ। ਸੋ ਅਸੀਂ ਸਿਸਟਮ ਸੁਧਾਰਨਾ, ਸਿਸਟਮ ਕਿਵੇਂ ਸੁਧਰੂਗਾ ਜਦੋਂ ਤੁਸੀਂ ਬੋਲਣ ਲੱਗੋ। ਜੇ ਮੈਂ ਆ ਕੇ ਸਟੇਜ ਤੇ ਬੋਲ ਗਿਆ ਬਾਈ ਵੀ ਬੋਲ ਜੂ, ਲੱਖਾਂ ਬੋਲ ਜੂ, ਨਹੀਂ ਫਰਕ ਪੈਣਾ। ਜੇ ਅਸੀਂ ਸਿਰਫ ਗੱਲਾਂ ਸੁਣਨੀਆਂ ਨੇ ਜਾਂ ਵੀਡੀਓ ਬਣਾ ਕੇ ਰੱਖ ਕੇ ਲਾਈ ਕਰਨਾ, ਨਹੀਂ ਫਰਕ ਪੈਣਾ। ਫਰਕ ਪੈਣਾ ਜਦੋਂ ਅੰਦਰ ਬਦਲਾਵ ਆਊਗਾ। ਸਾਰੇ ਸਹੁੰ ਖਾਓ ਵੀ ਹਾਂ ਅਸੀਂ ਹੱਕ ਸੱਚ ਦੀ ਗੱਲ ਕਰਾਂਗੇ, ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ, ਅਸੀਂ ਇੱਕ ਬੰਦਾ ਚੁਣਾਂਗੇ। ਤੁਹਾਡੇ ਤੋਂ ਇੰਨਾ ਇਕੱਠ ਹੈ ਕਿ ਤੁਹਾਡੇ ਚੋਂ ਇੱਕ ਬੰਦਾ ਵੀ ਯੋਗ ਨਹੀਂ ਹੈ, ਇੱਕ ਬੰਦਾ ਯੋਗ ਨਹੀਂ ਹੈ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੋਵੇ, ਜਿਹੜਾ ਹਰੇਕ ਗਰੀਬ ਗੁਰਬੇ ਦੀ ਗੱਲ ਕਰਦਾ ਹੋਵੇ, ਇੱਕ ਬੰਦਾ ਤਾਂ ਹੋਊਗਾ ਯਾਰ। ਇਸ ਲਈ ਪਾਰਟੀਆਂ ਦੇ ਪਿੱਛੇ ਭੱਜਣਾ ਛੱਡ ਕੇ ਨਾ, ਇੰਡੀਵਿਜੁਅਲ ਬੰਦੇ ਲੱਭਣ ਦੀ ਕੋਸ਼ਿਸ਼ ਕਰੋ, ਪਾਰਟੀਆਂ ਛੱਡ ਦੇ। ਪਾਰਟੀ ਕੋਈ ਹੋਵੇ, ਉਹ ਕੋਈ ਵੀ ਹੋ ਸਕਦੀ ਹੈ, ਅਕਾਲੀ ਦਲ, ਕਾਂਗਰਸ, ਆਮ ਆਦਮੀ, BJP, ਕੋਈ ਹੋਰ। ਜਿਹੜਾ ਬੰਦਾ ਸਹੀ ਹੈ ਨਾ, ਉਹ ਜਿਹੜਾ ਤੁਹਾਡੇ ਨਾਲ ਖੜਦਾ ਹੈ, ਤੁਹਾਡੀ ਗੱਲ ਕਰਦਾ, ਉਹ ਵੀ ਇੱਕ ਇਹਨਾਂ ਦੇ ਮਗਰ ਭੱਜਣਾ ਛੱਡ ਦੋ ਯਾਰ। ਮਾਫ਼ ਕਰਿਓ, ਕਈ ਵਾਰੀ ਦੇਖ ਕੇ ਦੁੱਖ ਲੱਗਦਾ, ਐਡਾ ਐਡਾ ਦਾਣਾ ਰੱਖਿਆ ਹੁੰਦਾ ਤੇ ਜਾ ਕੇ ਲੀਡਰਾਂ ਦੇ ਸਿੱਧਾ ਪੈਰੀ ਪੈਂਦੇ ਨੇ।
बाबा हरी सिंह नलूर बाबा दीप सिंह वास हो तुम आ काम करते हो। सो यार मेरे ना बहुत चीज पे गए जो आ चीजा देखते। सो इसलिए जेडे ये बिल ने बहुत ज्यादा खतरनाक ने भाई, इसलिए थोड़े मूहे बेनती है इन्हों का जिन्ना विरोध कर सकी जिन्ना चेर यह कैंसल नहीं होंगे उन्ना चेर विरोध जारी रखना। एक थोड़े च एक है नी खुआ है नी एक करो एक ना सेठ हों दुकान से बैठा होंगे वो चार मुंडे होंगे ने बीमार होंगे मजे भी होंगे तुम्हें शायद सुने होगा सेठ आपके मुंडिया बुला एक एक सोटी दिता तोड़ो चार ही तोड़ देंगे ने दो दो दिन तोड़ देंगे ने फिर उन्होंने बढ़िया होंगे वो किसी एक तो नहीं तोड़ता। सीखा की है भी जो अभी कट्ठे रहने यूनियन इज स्ट्रेंथ जो सारा पिंड इकट्ठा होगा उदो ही कुछ होना है। पिंड इकट्ठा हो तो थोड़ा शहर इकट्ठा होगा, शहर हो गया तो जिला इकट्ठा होगा, जिला हो गया पंजाब। इदा ही असि आपदा बदलांगे साडा पिंड बदल जू, पिंड बदल गया शहर बदल जू, शहर बदल गया जिला बदल जू, जिला बदल गया पंजाब बदल जू, पंजाब बदल गया साडा देश बदल। पर शुरुआत शुरुआत थानू आपदे तो करनी पैणी। इसलिए सरकार तो बड़ा कुछ कर दया ने हम पंजाब यूनिवर्सिटी 20 तरीक नूं उत्थे जाणा सी सैनेट दे इलैक्शन नहीं कराए हौली हौली थोड़े तो सारा कुछ हो रहा है। थोड़ी बोली थोड़ा विरसा थोड़े कपड़े थोड़े गीत थोड़ा सभ्याचार सारा कुछ मर जाना है क्योंकि जदों जमीन चलिया गई मान लो फिर असं की करना है जाके दिल्ली बॉम्बे जा कलकत्ते होर शहर नौकरी करनी है उत्थे पंजाबी किनू आती है उत्थे उही बोली बोलोगे सारी बोली भी गई असं आपदे इतों बोली भी खोली। सो सैकटरी साहब खड़े हो गए ने मेरा समा समाप्त हो गया। मैं एक मिनट की छोटी जी कहानी सुनानी है थोनों हो सकता तुम बहुत ने सुनी हो एक बार एक जंगल अग लग जाती है बड़ी भयानक अग लगती है बड़ी भयानक अग लगती है सारे जिन्हें दरख्त होंगे ने जीव जंतु होंगे ने सड़न लगते हैं। तो एक चिड़ी उड़ती है चिड़ी अपनी चौंजी च पानी भरती है वह अग से पा दिंदी है चौंजी च पानी भरती है वह अग से पा दिंदी है। उथे एक मेरे अगर कमला खड़ा होंगे क्या चिड़िए कमली हो गई है एडा वा जंगल है इनी भयानक अग है तेरी चौंधी च इना अग पानी आता तेन की लगता है आ जंगल की अग तेरी चौंधी के पानी बोझूगी। तो चिड़ी बड़ा सोहना जवाब दिंदी है कि कहती है कहती मैनू पता है कि मेरे इन पानी आ जंगल की अग नहीं बुझनी पर कल जो मेरा हिसाब उस मुर्शद को उस परमात्मा को हो ना तो मेरा नाम अग बुझा जाओ ना कि अग लाने। सो वह चिड़िया बनना पंजाबी जंगल है एक पंजाब हम अग लगी हुई है भ्रष्टाचारी की अग हर पास सानू चूंडिया जा रहा है। सो वह अग बुझाने है वह चिड़िया बन जाओ वह चिड़िया बन जाओ इन्हें इन्हें भी योगदान तुम पाता ना असं पंजाब बदलवा। सो बहुत बहुत थोड़ा धन्यवाद 26 तरीक नू दिल्ली पहुंचना है 25 नू तुरना है तो तुसी वध तो वध साथ वध तो वध ट्रेनिंगां लैके वध तो वध बंदे लैके दिल्ली वल नू कूच करना। बहुत बहुत धन्यवाद मैं दो नारे लाऊंगा साथ देना है सारे ने देना है इनकलाब जिंदाबाद 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 मोदी सरकार मुर्दाबाद जिंदाबाद सेंटर सरकार हाय 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 हाय। बहुत बहुत धन्यवाद पंजाबियों वाहेगुरु जी का खालसा श्री वाहेगुरु जी की फतेह।